ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗ੍ਰੈਂਡ ਵਲੌਗ 'ਚ ਲੈ ਕੇ ਆ ਗਏ ਤੁਹਾਡੇ ਲਈ ਇੱਕ ਹੋਰ ਨਵਾਂ ਵਲੌਗ ਤੋ ਪਿਛਲੇ ਵਲੌਗ 'ਚ ਆਪਾਂ ਇਹਦਾ ਜਿਹੜਾ ਸੀਗਾ ਮਿਊਜ਼ਿਕ ਸਿਸਟਮ ਲਾਤਾ ਸੀਗਾ ਅਤੇ ਅੱਜ ਆਪਾਂ ਪਹਿਲਾਂ ਇਹਨੂੰ ਧਵਾਉਣ ਚੱਲਾਂਗੇ ਅੱਜ ਧਵਾਉਣ ਚੱਲਦੇ ਹਾਂ ਪਹਿਲਾਂ ਫਿਰ ਉਦੋਂ ਬਾਅਦ ਇਹਦੀ ਨਾ ਜਿਹੜਾ ਜੇ ਹੋਇਆ ਵਲੌਗ ਨਾ ਬਾਹਲਾ ਵੱਡਾ ਬਣਿਆ ਤਾਂ ਇਹਦੀ ਸੈਲਫ ਦਾ ਕੰਮ ਕਰਾਵਾਂਗੇ ਸਾਰਾ ਸੈਲਫ ਦਾ ਅਤੇ ਉਦੋਂ ਬਾਅਦ ਇਹਦੀ ਅਲਟਰਨੇਟਰ ਆਪਾਂ ਚੇਂਜ ਕਰਨਾ ਉਹਦਾ ਵਲੌਗ ਅੱਡ ਬਣਾਵਾਂਗੇ ਉਹ 'ਚ ਸਾਰਾ ਦੱਸਾਂਗੇ ਅਤੇ ਪਹਿਲਾਂ ਹੁਣ ਇਹਨੂੰ ਕਰਦੇ ਹਾਂ ਸਟਾਰਟ ਅਤੇ ਲੈ ਕੇ ਚੱਲਦੇ ਹਾਂ ਇੱਥੋਂ चल ड्राइवर चेंज हो गया कहते ਹਾਂਜੀ ਗਾਈਜ਼ ਆਪਣਾ ਹੱਥ ਝੋਟਾ ਇੱਥੇ ਖੜਾਤਾ ਅਤੇ ਬਸ ਧੋਣ ਲੱਗਦੇ ਆ ਇਹਨੂੰ ਅੰਦਰ ਵਾੜਿਆ ਨਹੀਂ ਸੀ ਪਹਿਲਾਂ ਇੱਥੇ ਟਰੈਕਟਰ ਖੜਾ ਸੀ ਇੱਥੇ ਹੀ ਖੜਾਤਾ ਫਿਰ ਮੈਂ ਕਿਹਾ ਬਾਹਰੋਂ ਹੋਰ ਭਰਾਵਾ ਸਟਾਰਟ ਕਰਕੇ ਅੰਦਰ ਖੜਾਤਾ ਫਿਰ ਹੋਵੇ ਨਾ ਹੋਵੇ ਉਹ ਧੋ ਦਿਉ ਮੈਂ ਕਿਹਾ ਹੁਣ ਇਹਨੂੰ ਅਤੇ ਗਾਈਜ਼ ਕਾਫੀ ਟਾਈਮ ਬਾਅਦ ਨਹਾਈਆਂ ਧੋਈਆਂ ਹੋ ਰਹੀਆਂ ਨੇ ਟਰੈਕਟਰ ਦੀਆਂ ਹੁਣ ਸ਼ਾਂਤੀ ਮਿਲੂਗੀ ਹੈ ਉਹ ਜਾ ਕੇ ਬਜ਼ਾਰਾ ਖੜਾ ਸੀਗਾ ਕੱਤਾ ਲਿਪੜਿਆ ਹੋਇਆ ਹੈ ਉਹ ਮਿੱਟੀ ਗਾ ਲੱਪੀ ਹੋਈ ਸੀ ਕੱਦੂ ਦਾ ਹੀ ਖੜਾ ਸੀਗਾ ਯਾਰ ਜੰਮ ਗਈ ਸੀ ਮਿੱਟੀ ਮਸਾਂ ਲਾਉਂਦੇ ਆ ਇਹ ਵੀ
2000 years later. ਤੇ ਗਾਈਸ ਹਜੇ ਧੋਂਦੇ ਆ ਆਪਾਂ ਥੱਕਦੇ ਆ ਜਾ ਕੇ ਬਹਿੰਦੇ ਆਂ ਨੇ ਨੂੰ ਤੇ ਗਾਈਸ ਉੱਥੇ ਧੋਣ ਲੱਗੇ ਹੋਏ ਆ ਝੂਟਾ ਆਪਾਂ ਥੱਕ ਗਏ ਘੰਟਾ ਹੋ ਗਿਆ ਖੜਿਆ ਨੂੰ ਯਾਰ ਆ ਕੇ ਬਹਿ ਗਏ ਆਪਾਂ ਜਾਂ ਧੋਤਾ ਗਿਆ ਆਪੇ ਆ ਕੇ ਮਾਰ ਲੈਣਗੇ ਮੋਟੀ ਫਾਈਵ ਮੋਟੀ ਫਾਈਵ ਕਰਾਇਆ ਹੋਇਆ ਬਾਪੀ ਨੇ ਮੋਟੀ ਫਾਈਵ ਕਰਾਇਆ ਹੋਇਆ ਮੋਟੀ ਹੋਰ ਫਿਰ ਮੋਹਿਤ ਕੰਟੈਂਟ ਸੋਚਿਆ ਕੋਈ ਅਗਲੇ ਵਲੌਗ ਲਈ ਕੰਟੈਂਟ ਤਾਂ ਸੋਚਿਆ ਕੋਈ ਨਾ ਓਏ ਅੱਛਾ ਇਹ ਗਾਈਜ਼ ਆਪਣਾ ਬੋਲਟ ਵੀ ਆ ਯਾਰ ਤੇ ਗਾਈਜ਼ ਆਪਾਂ ਕੋਲੇ ਯਾਰ ਬੋਲਟ ਵੀ ਆ ਬੋਲਟ ਆਪਣਾ ਹਜੇ ਗਿਆ ਹੋਇਆ ਹੈ ਨਹੀਂ ਗਾ ਬੋਲਟ ਨੂੰ ਆ ਲੈਣ ਦੋ ਤੇ ਵੀ ਆਉਣਗੇ ਬਲੌਗ ਬੋਲਟ ਦੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਬੋਲਟ ਦਾ ਬਹੁਤ ਮੋਟਰਸਾਈਕਲ ਮੋਡੀਫਾਈ ਕਰਾਂਗੇ ਸੀਰੀਜ਼ ਬਣਾਵਾਂਗੇ ਪੂਰੀ ਬੋਲਟ ਆ ਲੈਣ ਦੋ ਯਾਰ ਬੋਲਟ ਦਾ ਬਹੁਤ ਇੰਤਜ਼ਾਰ ਆਪਾਂ ਬੋਲਟ ਆਪਣਾ ਹਜੇ ਥੋੜ੍ਹਾ ਜਿਹਾ ਗਿਆ ਹੋਇਆ ਕਿਤੇ ਤਾਂ ਗਿਆ ਹੋਇਆ ਉਹ ਦੱਸ ਨਹੀਂ ਸਕਦੇ ਕਿੱਥੇ ਗਿਆ ਹੋਇਆ ਕਿੱਥੇ ਗਿਆ ਹੋਇਆ ਕਿਤੇ ਗਿਆ ਹੋਇਆ ਸੋ ਗਾਈਜ਼
ਆਪਾਂ ਘਰੇ ਲੈ ਕੇ ਜਾਣਾ ਸੀਗਾ ਟਰੈਕਟਰ ਦਵਾ ਕੇ ਬਸ ਉੱਥੇ ਆਪਾਂ ਮੋਡੀਫਾਈ ਮੋਡੀਫਾਈ ਕਰਨਾ ਸੀਗਾ ਤੇਲ 200 ਦਾ ਆਂਟੀ ਨੂੰ ਗਿਆ ਆਂਟੀ ਨੇ 1300 ਦਾ ਪਾਤਾ ਕਹਿੰਦੀ ਮੈਂ ਤਾਂ ਅੱਗਿਆ 200 ਯਾਰ ਦਾ ਸੀਗਾ ਤੇ ਚਲੋ ਕੋਈ ਨਹੀਂ ਦੇਖਦੇ ਹਾਂ ਕੀ ਬਣਦਾ ਹੋਣਾ ਪੁਰਾਣੇ ਨਾਲ ਵੀ ਮੈਂ ਕਰਕੇ ਗਿਆ ਹੋਇਆ ਉਹਦਾ ਦੇ ਗਿਆ ਸੀਗਾ ਮੈਂ ਪੁਰਾਣੇ ਦਾ ਤਾਂ ਮੈਨੂੰ ਪਤਾ ਕਿਹੜਾ ਉਹ ਜਿਹੜੇ ਕਿਸੇ ਹੋਰ ਨੇ ਖਰੀਦ ਲਿਆ ਪੰਪ ਉਹ ਪਹਿਲਾਂ ਪੰਜੈਰੋ ਵਾਲਾ ਹੁੰਦਾ ਸੀ ਨਾ ਇੱਕ ਹਾਂਜੀ ਗਾਈਸ ਰੀਲਾਂ ਰੂਲਾਂ ਬਣਾਉਣ ਲੱਗ ਗਏ ਥੋੜੀਆਂ ਜਿਹੀਆਂ ਅੱਜ ਦਾ ਵਲੌਗ ਤਾਂ ਰੈਗੂਲਰ ਜਿਹਾ ਹੀ ਆ ਐਵੇਂ ਪਾਤਾ ਅਤੇ ਕੋਈ ਨਹੀਂ ਕੰਟੈਂਟ ਘੈਂਟ ਜਿਹਾ ਲੈ ਕੇ ਆਵਾਂਗੇ ਅਗਲੇ ਵਲੌਗ 'ਚ ਅਤੇ ਪੰਪ 'ਤੇ ਪੰਗਾ ਪੈ ਜਾਂਦਾ ਸੀਗਾ ਭਰਾਵਾਂ ਉਹ ਬੰਦਾ ਸਾਨੂੰ ਜਾਣਦਾ ਹੀ ਸੀਗਾ ਪੰਪ ਵਾਲਾ ਮੈਨੇਜਰ ਆ ਗਿਆ ਸੀਗਾ ਆਂਟੀ ਨੂੰ ਤੇਲ ਕਿੰਨੇ ਦਾ ਗਿਆ ਆਂਟੀ ਨੇ ਵੱਧ ਦਾ ਹੀ ਪਾਤਾ ਮੇਰਾ ਉੱਥੇ ਫੋਨ ਵਾਲਾ ਉਹ ਮਾਰ ਮੈਨੂੰ ਚੁੱਕੀ ਕਰੇ ਮੀਮ ਉਹ ਮੈਂ ਚਲੋ ਕੋਈ ਨਹੀਂ ਗਾਈਸ ਆਪਾਂ ਨੂੰ ਜਾਣਦਾ ਹੀ ਸੀ ਬੰਦਾ ਇੰਨੇ ਦਾ ਤਾਂ ਕੁਛ ਨਹੀਂ ਹੁੰਦਾ ਤੇ ਹੁਣ ਆ ਗਏ ਆ ਗੋ ਸਾਹਿਬ ਕਹਿੰਦੇ ਮੈਂ ਚਲਾਉਣਾ ਗੋ ਸਾਹਿਬ ਗੋ ਸਾਹਿਬ ਤੋਂ ਡਰ ਲੱਗਦਾ ਗੋ ਸਾਹਿਬ ਸੈੱਟ ਨਾ ਦੇ ਹੋਰ ਦਾ ਥਲੇ ਗੋ ਸਾਹਿਬ ਕਹਿੰਦੇ ਹੌਲੀ ਹੌਲੀ ਜਾਣਾ ਗੋ ਸਾਹਿਬ ਕਹਿੰਦੇ ਜਵਾਨ ਕਹਿੰਦੇ ਦੋ ਸਾਲ ਤੋਂ ਬਹੁਤ ਡਰ ਲੱਗਦਾ ਟੁੱਟੀ ਪੈਣ ਦੋ ਸਾਹਿਬ ਉੱਥੇ ਮੋੜ ਲੈਣਾ ਪਹਿਲਾਂ ਤਾਂ ਮੈਨੂੰ ਸੈੱਟ ਦੇਣਾ ਸੀਗਾ ਤੇ ਗਾਈਸ ਕਮੈਂਟਾਂ 'ਚ ਦੱਸੋ ਯਾਰ ਕੀ ਕੰਟੈਂਟ ਦੱਸੋ ਤੁਸੀਂ ਪੈਦਾ ਸਾਡੇ ਕੋਲ ਪਿਆ ਪਰ ਜਿਹੜਾ ਸਾਡੇ ਵਾਲਾ ਕੰਟੈਂਟ ਆ ਉਹਦੇ 'ਤੇ ਟਾਈਮ ਲੱਗਣਾ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਪ੍ਰੈਪਰੇਸ਼ਨ ਚਾਹੀਦੀ ਆ ਸਮਾਨ ਸਮੂਨ ਆਪਾਂ ਕੋਲ ਘੱਟ ਆ ਉਸ ਵਲੌਗ ਲਈ ਫਿਰ ਇੱਕ ਬੰਪਰ ਦਾ ਆਪਾਂ ਕੋਲ ਸਾਰਾ ਸਮਾਨ ਪਿਆ ਅਤੇ ਬੰਪਰ ਬਣਾਉਣਾ ਦੇਣਾ ਬੰਪਰ ਦਾ ਪਿਆ ਜੇ ਆਪਾਂ ਕੋਲ ਅਤੇ ਕਮੈਂਟਾਂ 'ਚ ਦੱਸਿਓ ਵਲੌਗ ਕਿੱਦਾਂ ਲੱਗਦੇ ਆ ਯਾਰ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਪਾਂ ਹੋਰ ਸਪੋਰਟ ਕਰੋ ਹੋਰ ਵਧੀਆ ਕੰਟੈਂਟ ਵਧੀਆ ਤੋਂ ਵਧੀਆ ਲੈ ਕੇ ਆਈਏ ਡਰਾਈਵਰ ਚੇਂਜ ਕਰਨ ਦੀ ਵਾਰੀ ਆ ਗਈ ਹਾਲੋ ਬਰੂ ਅੱਜ ਦਾ ਵਲੋਗ ਤਾਂ ਗੇੜਿਆਂ ਦੀ ਕੱਢਦਾ ਹੋਰ ਚੱਲ ਅੱਜ ਦਾ ਵਲੋਗ ਤਾਂ ਗੇੜਿਆਂ ਦੀ ਕੱਢਦਾ ਜਲਦੀ ਫੋਕਸ ਕਰੋ ਜਲਦੀ ਅੰਦਰੋਂ ਖੁੱਲੂਗਾ ਓਏ ਅੰਦਰੋਂ ਇਹ ਬੰਦੇ ਦੀ ਪ੍ਰੋਸੈਸਿੰਗ ਥੋੜ੍ਹੀ ਜਿਹੀ ਲੇਟ ਹੁੰਦੀ ਹੈ ਮੈਨੂੰ ਥੋੜ੍ਹਾ ਜਿਹਾ ਲੇਟ ਸਮਝ ਆਉਂਦੀ ਹੈ ਗੱਲ ਉਹ ਸੀਐਟ ਟਾਪਰੇ ਚੜ੍ਹਾਈ ਨਾ ਕਰੋ ਇਹਦੇ ਪਿੱਛੇ ਆ ਚਾਬੀ
चलो पता नहीं किसी डर गया ही है। उधर चलो उधर 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 जाओ उसे चले यार ਇਨਫੈਕਸ਼ਨ ਹੋ ਜਾਂਦੀ ਹੈ ਭਰਾਵਾ ਮੇਰੇ ਇਹਨੇ ਗੇਟ ਲਾਈ ਪਾਜੀ ਟੱਟ ਲਾਇਆ ਓਏ ਨਾ ਓਏ ਕੁਝ ਨਹੀਂ ਕਹਿੰਦੀਆਂ ਕੀ ਨਾਮ ਇਹਦਾ ਇਹਦਾ ਨਾਮ ਹੈ ਰੋਜੀ ਉਹਦਾ ਨਾਮ ਆ ਉਹਦਾ ਨਾਮ ਕੀ ਰੋਜੀ ਉਹਦਾ ਨਾਮ ਰੋਟੀ ਹੋ ਜਿੰਮੀ ਹੈ ਜਿੰਮੀ ਜਿੰਮੀ ਉਰਿਆ ਹੁਣ ਭੱਜ ਲਈ ਹੁਣ ਲੱਗ ਗਿਆ ਬੜਾ ਤੂੰ ਵਲੌਗ ਚ ਇਹਨਾਂ ਦੀ ਬੇਇੱਜ਼ਤੀ ਕਰਨੀ ਤਾਂ ਹੀ ਤੁਸੀਂ ਜਾ ਨਹੀਂ ਫਿਰ ਹਾਂ 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 ਇਹ ਦੰਦੀ ਵੜਦੀ ਆ ਹੁਣ ਪਰੇ ਕਰ ਫਿਰ चंगा फिर चलो मिलते अगले व्लॉग च।